ਹਾਂਜੀ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੇ ਸਟੱਡ ਪੁਆਇੰਟ ਤੇ ਲੈ ਕੇ ਹਾਜ਼ਰ ਹੋਇਆ ਇਸ ਵੇਲੇ ਦੀ ਵੱਡੀ ਖਬਰ ਜੋ ਕਿ ਹੁਣ ਨਿਕਲ ਕੇ ਆ ਰਹੀ ਹੈ ਤੁਹਾਡੇ ਤੱਕ ਹੁਣ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਮਿਲ ਰਹੀ ਹੈ ਹਾਂਜੀ ਵਿਦਿਆਰਥੀਓ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੌਲਾ ਮੋਲਾ ਦੇ ਸਮਾਪਨ ਕਰਕੇ 12ਵੀਂ ਜਮਾਤ ਜੋ ਕਿ ਪ੍ਰੀਖਿਆ ਹੋਣੀ ਹੈ ਡੇਟ ਸ਼ੀਟ ਵਿੱਚ ਬਦਲਾ ਨਵੀਂ ਡੇਟ ਸ਼ੀਟ ਜਾਰੀ ਹਾਂਜੀ ਵਿਦਿਆਰਥੀਓ ਕਿ ਇਹ ਡੇਟ ਸ਼ੀਟ ਪੂਰੀ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਹਾਂਜੀ ਵਿਦਿਆਰਥੀਓ ਜੋ ਕਿ ਤੁਹਾਡਾ 7 ਮਾਰਚ ਨੂੰ ਪੇਪਰ ਹੋਣਾ ਸੀ ਹੋਲਾ ਮਹੱਲਾ ਕਰਕੇ ਯਾਨੀ ਕਿ ਹੋਲੀ ਦਾ ਅਧਾਰ ਹੈ ਉਸ ਦਿਨ ਉਸ ਕਰਕੇ ਤੁਹਾਡਾ ਇਗਜ਼ਾਮ ਜਿਹੜਾ ਕਿ ਉਹ ਅੱਗੇ ਵਧਾ ਦਿੱਤਾ ਗਿਆ ਕਦੋਂ ਹੋਊਗਾ ਤੁਹਾਡਾ ਇਗਜ਼ਾਮ ਤੁਹਾਨੂੰ ਦਿਖਾਣੇ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲਾਂ ਜਾਰੀ 12ਵੀਂ ਜਮਾਤ ਦੀ ਡੈੱਡ ਸ਼ੀਟ ਵਿੱਚ ਹੋਲਾ ਮਹੱਲਾ ਦੇ ਸਬਾਗਮ ਕਰਕੇ ਤਬਦੀਲੀ ਕਰਦੇ ਹੋਏ ਮਿਤੀ 6 3 2023 ਦਿਨ ਸੋਮਵਾਰ ਨੂੰ ਹੋਣ ਵਾਲਾ ਪੇਪਰ ਬਤਾਂਵਰਨ ਸਿੱਖਿਆ ਹੁਣ ਮਿਤੀ 21 4 2023 ਦਿਨ ਸ਼ੁੱਕਰਵਾਰ ਨੂੰ ਨਿਰਧਾਰਤ ਸਮੇਂ ਅਨੁਸਾਰ ਹੋਵੇਗਾ ਹਾਂਜੀ ਵਿਦਿਆਰਥੀਓ 6 ਤਰੀਕ ਨੂੰ ਤੁਹਾਡਾ ਜਿਹੜਾ ਕੀ ਹੋਲੀ ਦਾ ਤਿਹਾੜਾ ਹੈ ਉਸ ਦਿਨ ਤੁਹਾਡਾ ਐਗਜ਼ਾਮ ਹੈ ਜਿਹੜਾ ਕੀ ਹੋਣਾ ਸੀ ਉਹ ਤੁਹਾਡਾ 21 ਯਾਨੀ ਕਿ 21 April ਨੂੰ ਹੋਵੇਗਾ ਹਾਂਜੀ ਵਿਦਿਆਰਥੀ ਦਿਨ ਸ਼ੁੱਕਰਵਾਰ ਵਾਲੇ ਦਿਨ ਲਾਸਟਲੇ ਦਿਨ ਤੇ ਚਲਾ ਗਿਆ ਹੈ ਇਹ ਤਿਹਾੜਾ ਯਾਨੀ ਕਿ ਇਹ ਪੇਪਰ ਤੁਹਾਡਾ ਹੋਣਾ ਹੈ ਲਾਸਟਲੇ ਦਿਨ ਲਾਸਟਲੇ ਦਿਨ ਹੋਵੇਗਾ ਇਹ ਪੇਪਰ ਤੁਹਾਡਾ ਪੂਰੀ ਡੇਢ ਸੀਟ ਡਾਊਨਲੋਡ ਕਰਨ ਲਈ ਸਾਡੇ ਟੈਲੀਗ੍ਰਾਮ ਚੈਨਲ ਤੇ ਵੀ ਤੁਸੀਂ ਵਿజిਟ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਦਿੱਤਾ ਗਿਆ ਹੈ ਹਾਂਜੀ ਵਿਦਿਆਰਥੀਓ ਇਹ ਸੀ ਵੱਡੀ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਂਦੇ ਆ ਰਹੇ ਹਾਂ ਅਤੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੈ ਜੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਅਤੇ ਤੁਹਾਨੂੰ ਸੈਂਪਲ ਪੇਪਰ ਵੀ ਪ੍ਰੋਵਾਈਡ ਕਰਾਵਾਂਗੇ ਜੇ ਕਿ ਜੇਕਰ ਉਹ ਪੇਪਰ ਹੁੰਦੇ ਹਨ ਹਾਂਜੀ ਵਿਦਿਆਰਥੀਓ ਇਹ ਪੇਪਰ ਹੋਣਗੇ ਤੁਹਾਡੇ ਤੁਹਾਨੂੰ ਪੇਪਰ ਦੇ ਸੈਂਪਲ ਪੇਪਰ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਹਾਂ ਜੀ ਵਿਦਿਆਰਥੀਓ ਤੁਹਾਡਾ ਕਿਸੇ ਵੀ ਕਲਾਸ ਦਾ ਡਾਊਟ ਹੁੰਦਾ ਹੈ ਤਾਂ ਸਾਨੂੰ ਬਤ ਤੋਂ ਬਤ ਕਮੈਂਟ ਕਰਨਾ ਨਾ ਭੁੱਲਣਾ ਹਾਂ ਜੀ ਵਿਦਿਆਰਥੀਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ ਥੈਂਕਸ